ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਕੋਲੇ ਜਿਹੜੇ EMPLOYE ਹੈਗੇ ਉਹਨਾਂ ਨੂੰ ਦੇਣ ਵਾਸਤੇ ਫੰਡ ਹੈ ਨਹੀਂ ਤੇ ਜਿਹੜੇ EMPLOYE ਲਗਾਤਾਰ ਪ੍ਰੋਟੈਸਟ ਕਰ ਰਿਹਾ ਬਠਿੰਡਾ ਦੇ ਵਿੱਚ ਵੀ ਜਲ ਵਿਭਾਗ ਤੇ ਹੋਰ ਵੱਖ-ਵੱਖ ਜਿਹੜੇ ਸਰਕਾਰੀ ਕਰਮਚਾਰੀ ਹੈ ਉਹਨਾਂ ਦੀ ਤਨਖਾਹ ਨਹੀਂ ਗਈ ਤੇ ਇਸ ਕਰਕੇ ਖਜ਼ਾਨਾ ਮੰਤਰੀ ਗੱਲ ਕਹਿ ਰਹੇ ਕਿ ਤਨਖਾਹ ਦੇਣ ਵਾਸਤੇ ਪੈਸੇ ਹੈ ਨਹੀਂ ਜਾਂ ਕੋਈ ਵਜ੍ਹਾ ਹੈਗੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਜਿਹੜੇ ਕਰਮਚਾਰੀ ਸਰਕਾਰ ਦਾ ਕੰਮ ਕਰ ਰਿਹਾ ਉਹਨਾਂ ਕੋਲੇ ਉਹਨਾਂ ਨੂੰ ਦੇਣ ਵਾਸਤੇ ਪੈਸੇ ਸਰਕਾਰ ਕੋਲ ਹੈ ਨਹੀਂ ਪਰ ਜਿਹੜੇ ਸਰਕਾਰ ਦੇ ਨੁਮਾਇੰਦੇ ਜਿਵੇਂ ਡੀਸੀ ਜੇਕਰ ਗੱਲ ਕੀਤੀ ਜਾਵੇ ਪਬਲਿਕ ਦੇ ਇੱਕ ਪਲੇਸ ਦੇ ਵਿੱਚ ਡੀਸੀ ਦੀ ਡਿਊਟੀ ਹੁੰਦੀ ਹੈ ਪਬਲਿਕ ਨੂੰ ਮਿਲਣਾ ਤੇ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੇ ਉੱਤੇ ਬੋਝ ਪਾਇਆ ਜਾ ਰਿਹਾ ਹੈ ਉਹ ਤੁਹਾਨੂੰ ਤਸਵੀਰਾਂ ਅਸੀਂ ਦਿਖਾਣੀਆਂ ਬਠਿੰਡਾ ਦੀਆਂ ਸਭ ਤੋਂ ਪਹਿਲਾਂ ਮਾਮਲਾ ਇਹ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਲੋਕਲ ਅਖਬਾਰ ਦੇ ਪੱਤਰਕਾਰ ਕਵਰੇਜ ਕਰਨ ਵਾਸਤੇ ਪਹੁੰਚੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜਾ ਡੀਸੀ ਦਾ ਆਫਿਸ ਹੈ ਮੇਰੇ ਪਿੱਛੇ ਇਹਦੇ ਵਿੱਚ ਰੈਨੋਵੇਸ਼ਨ ਕੀਤੀ ਜਾ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਪੈਸਾ ਹੈ ਨਹੀਂ ਕਰਮਚਾਰੀਆਂ ਦੀ ਤਨਖਾਹ ਨਹੀਂ ਜਾਰ ਤਰਨੇ ਲੱਗ ਰਿਹਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਦਫ਼ਤਰ ਦਿਖਾਣਾ ਹੈ ਜਿਹਦੇ ਵਿੱਚ ਬਠਿੰਡਾ ਦੇ ਡੀਸੀ ਜਿਹੜੇ 20 ਰਿਨਵਾਸਨ ਬੈਠਦੇ ਆ ਇਹ ਉਹਨਾਂ ਦਾ ਦਫ਼ਤਰ ਹੈ ਜਿੱਥੇ ਕਿ ਪਹਿਲਾਂ ਹੀ ਸਾਰਾ ਕੁਝ ਕੰਮ ਜਿਹੜਾ ਰੈਨੋਵੇਸ਼ਨ ਕੀਤੀ ਹੋਈ ਸੀ ਇਸ ਤੋਂ ਪਹਿਲਾਂ ਜਿੰਨੇ ਡੀਸੀ ਬੈਠਦੇ ਰਹੇ ਆ ਉਹ ਵਧੀਆ ਜਿਹੜੇ ਦਫਤਰ ਹੈ ਉਹਨਾਂ ਚ ਹੀ ਬੈਠਦੇ ਰਿਹਾ ਪਰ ਕਿਤਨਾ ਕਿਤੇ ਅਫਸਰਾਂ ਦੀ ਜਿਹੜੇ ਠਾਠ ਹੈਗੇ ਆ ਜਿਹੜੇ ਠਾਠ ਪਾੜ ਦੇ ਵਿੱਚ ਰਹਿੰਦੇ ਸ਼ਕੀਨ ਜਿਹੜੇ ਅਫਸਰ ਹੈਗੇ ਆ ਉਹ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਦੋਂ ਇੱਥੋਂ ਲੋਕਲ ਰਿਪੋਰਟਰ ਨੇ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕੈਮਰਾ ਖੋ ਕੇ ਬੜੀ ਬਦਤਮੀਜੀ ਕੀਤੀ ਕਿ ਇੱਥੋਂ ਦੇ ਜਿਹੜੇ ਕਰਮਚਾਰੀ ਸੀਗੇ ਇਹ ਜਿਹੜਾ ਦਫਤਰ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਬਠਿੰਡਾ ਦੇ ਡੀਸੀ ਦਾ ਰੈਨੋਵੇਟ ਕੀਤਾ ਜਾ ਰਿਹਾ ਦਫਤਰ ਇਹ ਇਹਦੇ ਵਿੱਚ ਕਮੀ ਕੋਈ ਨਹੀਂ ਸੀ ਪਰ ਅਫਸਰ ਹੈ ਨਵਾਂ ਅ fırsਰ ਆਇਆ ਪਰ ਕਿਤਨੇ ਕਿਤੇ ਠਾਠ ਉਹਨਾਂ ਨੂੰ ਚਾਹੀਦੇ ਇਸ ਕਰਕੇ ਇਹ ਪੂਰਾ ਦਫਤਰ ਤੁਸੀਂ ਦੇਖ ਰਹੇ ਹੋ ਦੁਬਾਰਾ ਨਵਾਂ ਬਣਾਇਆ ਜਾ ਰਿਹਾ ਜਿਹੜਾ ਸਰਕਾਰ ਦਾ ਪੈਸਾ ਵੇਸਟ ਕੀਤਾ ਜਾ ਰਿਹਾ ਹੈ ਬਰਬਾਦੀ ਕੀਤੀ ਜਾ ਰਹੀ ਹੈ ਸਰਕਾਰ ਦੇ ਪੈਸੇ ਦੀ ਆਮ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਵਿਕਾਸ ਨਹੀਂ ਹੋ ਰਿਹਾ ਸਰਕਾਰੀ ਬਿਲਡਿੰਗਾਂ ਦੀ ਖਸਤਾ ਹਾਲਤ ਹੈ ਪਰ ਜਿਹੜੇ ਪੱਤਰਕਾਰ ਇਹ ਚੀਜ਼ ਕਵਰ ਕਰ ਆਉਂਦੇ ਆ ਉਤੋਂ ਇਹਨਾਂ ਨੂੰ ਰੋਕਿਆ ਜਾਂਦਾ ਕਰਮਚਾਰੀ ਜਿਹੜੇ ਡੀਸੀ ਦਫਤਰ ਦੇ ਹੈਗੇ ਜਦੋਂ ਇਸ ਸਬੰਧ ਦੇ ਵਿੱਚ ਡੀਸੀ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਪਰਮਿਸ਼ਨ ਲੈ ਕੇ ਜਾਓ ਐਸਾ ਕੋਈ ਵੀ ਡੀਸੀ ਨਹੀਂ ਹੈਗਾ ਜਿਨੇ ਪਰਮਿਸ਼ਨ ਅਜੇ ਤੱਕ ਪਰੇ ਜਿਹੜਾ ਤੁਸੀਂ ਤਾਮ-ਜਾਮ ਦੇਖ ਰਹੇ ਹੋ ਇਹ ਬਠਿੰਡਾ ਦੇ ਡੀਸੀ ਬੀ ਸ਼੍ਰੀਨਵਾਸਨ ਹੈ ਜਿਨ੍ਹਾਂ ਨੇ ਆਪਣਾ ਦਫਤਰ ਦੁਬਾਰਾ ਰੈਨੋਵੇਟ ਕਰਵਾਇਆ ਇਹ ਦਫਤਰ ਪਹਿਲਾਂ ਤਿਆਰ ਸੀ ਇੱਥੇ ਡੀਸੀ ਪਹਿਲਾਂ ਵੀ ਬੈਠਦੇ ਰਹੇ ਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਰਕਾਰ ਇਹ ਜਿਨੇ ਸਰਕਾਰ ਜਿਹੜੀ ਪੋਜੀਸ਼ਨ ਚੱਲ ਰਹੀ ਹੈ ਜਿਵੇਂ ਕਹ ਰਹੇ ਕਿ ਪੈਸਾ ਹੈ ਨਹੀਂ ਸਰਕਾਰ ਕੋਲੇ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਤਾਂ ਹੁਣ ਇਹ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਉਸ ਪੱਤਰਕਾਰ ਨਾਲ ਜਿਨ੍ਹਾਂ ਨਾਲ ਇੱਥੇ ਬਸਲੂਕੀ ਕੀਤੀ ਗਈ ਹੈ ਕਰਮਚਾਰੀ ਵੱਲੋਂ ਤੁਸੀਂ ਕਦੋਂ ਆਈ ਸੀ ਤੇ ਹੋਇਆ ਕੀ ਹੈ ਅਸੀਂ ਤਕਰੀਬਨ 11:30 ਵਜੇ ਇੱਥੇ ਆਏ ਸੀਗੇ ਕਵਰੇਜ ਕਰਨ ਦੇ ਲਈ ਅਸੀਂ ਅਸਲ ਜੇ ਇਥੋਂ ਨਿਕਲ ਰਹੇ ਤੇ ਦੇਖਿਆ ਕਿ ਡੀਸੀ ਦਫ਼ਤਰ ਦੀ ਜਿਹੜੀ ਹੈਗੀ ਹੈ ਉਹ ਰੈਨੋਵੇਸ਼ਨ ਹੋ ਰਹੀ ਹੈ ਤਾਂ ਸਾਡੇ ਲਈ ਅਸਲ ਵਿੱਚ ਇਹ ਖਬਰ ਸੀ ਕਿਉਂਕਿ ਪੰਜਾਬ ਸਰਕਾਰ ਮੰਦਹਾਲੀ ਦੇ ਵਿੱਚੋਂ ਨਿਕਲ ਰਹੀ ਹੈ ਤੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹ ਦੇਣ ਵਾਸਤੇ ਉਹਨਾਂ ਕੋਲ ਪੈਸਾ ਨਹੀਂ ਹੈਗਾ ਤਾਂ ਸਾਡੇ ਲਈ ਇਹ ਖਬਰ ਸੀ ਤਾਂ ਅਸੀਂ ਉਸ ਪਰਪਸ ਦੇ ਨਾਲ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਹੈ ਇਹਨੂੰ ਕਵਰ ਕੀਤਾ ਜਾਵੇ ਕਿ ਇੱਕ ਪਾਸੇ ਤਾਂ ਮੁਲਾਜ਼ਮਾਂ ਛੋਟੇ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਤਨਖਾਹ ਤੋਂ ਬਿਰਬੇ ਬੈਠੇ ਆ ਔਰ ਦੂਜੇ ਪਾਸੇ ਜਿਹੜੇ ਬਠਿੰਡਾ ਦੇ ਡੀਸੀ ਸਾਹਿਬ ਹੈ ਉਹ ਆਪਣੇ ਸ਼ਾਹੀ ਠਾੜ ਦੇ ਲਈ ਇੱਥੇ ਰੈਨੋਵੇਸ਼ਨ ਕਰ ਰਿਹਾ ਹੈ ਪਬਲਿਕ ਪੈਸੇ ਦੀ ਜਿਹੜੀ ਹੈਗੇ ਵੇਸਟੇਜ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਕਿਵੇਂ ਦਰਬਾਰਤਾਂ ਦੀ ਤਿਆਰੀ ਅੱਜ ਥੋੜਾ ਸਮਾਂ ਪਹਿਲਾਂ ਹੀ ਇਹਦੀ ਜਿਹੜੀ ਸੀਗੀ ਮੁਰੰਮਤ ਹੋਈ ਸੀਗੀ ਔਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਦੀ ਲੋੜ ਸੀ ਮੈਂ ਔਰ ਜੋ ਗੁਰਤੇਜਾ ਇੱਥੇ ਜੋ ਅੰਦਰ ਕਵਰੇਜ ਦੇ ਲਈ ਗਏ ਤਾਂ ਇੱਕ ਇਹਨਾਂ ਦਾ ਕਲਰਕ ਹੈ ਆਜ਼ਾਦ ਤੇ ਉਹ ਮੰਨ ਲਓ ਸਾਡੇ ਉਤੇ ਛਾਟਿਆ ਔਰ ਜਿਹੜਾ ਮੋਬਾਈਲ ਸੀ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਔਰ ਸਾਡਾ ਬਾਤਮੀ ਜੀ ਕੀਤੀ ਸਾਨੂੰ ਧੱਕੇ ਦੇ ਕੇ ਬਾਹਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਦੂਸਰੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਕਲਾਸ 4 ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮਤਲਬ ਇੱਥੇ ਘੜੀ ਕਰ ਦਿਓ ਇਹਨੂੰ ਧੱਕੇ ਮਾਰ ਕੇ ਬਾਹਰ ਕਰੋ ਹਾਲਾਂਕਿ ਚਲੋ ਉਹ ਮੁਲਾਜ਼ਮ ਸਾਨੂੰ ਜਾਣਦੇ ਸੀ ਉਹਨਾਂ ਨੇ ਕਿਸੇ ਨੇ ਕਿਸੇ ਨੇ ਕੁਝ ਨਹੀਂ ਕਿਹਾ ਪਰ ਜਿਹੜਾ ਉਹ ਮੁਲਾਜ਼ਮ ਸੀਗਾ ਤਾਂ ਇਹਨਾਂ ਦਾ ਕਲਰਿਕਲ ਸਟਾਫ ਦਾ ਉਹਨੇ ਬਹੁਤ ਵੱਤ ਮੇਜੀ ਕੀਤੀ ਆਗਿਆ ਵੀ ਤੁਸੀਂ ਪਰਮਿਸ਼ਨ ਦਿਖਾਓ ਪਰਮਿਸ਼ਨ ਕਿੱਥੇ ਹੈ ਇਹਦੀ ਫੋਟੋਗ੍ਰਾਫੀ ਕਰਨ ਵਾਸਤੇ ਲੱਗਦਾ ਹੈ ਕਿ ਜਿਵੇਂ ਸਰਕਾਰ ਕਹਿ ਰਹੀ ਹੈ ਖਜ਼ਾਨਾ ਹੈ ਨਹੀਂ ਸਰਕਾਰੀ ਬਿਲਡਿੰਗਾਂ ਬਹੁਤ ਹੈ ਸਰਕਾਰੀ ਸਕੂਲ ਬਹੁਤ ਹੈ ਜਿੱਥੇ ਕੰਮ ਹੋਣ ਵਾਲਾ ਇੱਥੇ ਜ਼ਰੂਰਤ ਸਮਝਦੇ ਹੋ ਕੀ ਚਾਹੀਦੀ ਹੈ ਬਰਬਾਦੀ ਨਹੀਂ ਹੋ ਰਹੀ ਹੈ ਨਹੀਂ ਬਿਲਕੁਲ ਬਿਲਕੁਲ ਬਰਬਾਦੀ ਹੋ ਰਹੀ ਹੈ ਸਰਕਾਰੀ ਸਕੂਲ ਛੱਡੋ ਆਪਣੇ ਨੇੜੇ ਜਿੱਥੇ ਇਹਨਾਂ ਦੇ ਛੋਟੇ ਮੁਲਾਜ਼ਮ ਇੱਥੇ ਰਹਿੰਦੇ ਨੇ ਜਿਹੜੇ A ਟਾਈਪ ਦੇ ਕੁਆਟਰ ਰਹੇਗੇ ਨੇ ਜਿਹੜੇ ਦੂਸਰੇ ਕਲਾਸ 3 ਕਲਾਸ 4 ਦੇ ਕੁਆਟਰ ਨੇ ਉਹਨਾਂ ਦੀਆਂ ਇਮਾਰਤਾਂ ਜਰਜਰ ਜਰਜਰ ਹਾਲਤ ਨੇ ਦਰਵਾਜ਼ੇ ਨਹੀਂ ਹੈਗੇ ਖਿੜਕੀਆਂ ਨਹੀਂ ਹੈਗ ਹਰ ਉਹਨਾਂ ਨੇ ਜਿਹੜੇ ਬਾਥਰੂਮ ਨੇ ਮੈਂ ਬਾਥਰੂਮ ਦੇ ਦਰਵਾਜੇ ਹੈ ਨਹੀਂ ਤਾਂ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਇਹਨਾਂ ਕੋਲ ਸਰਕਾਰ ਕੋਲ ਕੋਈ ਪੈਸਾ ਨਹੀਂ ਪ੍ਰਸ਼ਾਸਨ ਕੋਲ ਕੋਈ ਪੈਸਾ ਨਹੀਂ ਪਰ ਇੱਥੇ ਸ਼ਾਹੀ ਠਾੜ ਦੇ ਲਈ ਇਹਨਾਂ ਕੋਲ ਕਰੋੜਾਂ ਰੁਪਏ ਜਨਾ ਮਰਜ਼ੀ ਲਗਾ ਲਓ ਕੋਈ ਦੇ ਅਫਸਰਾਂ ਦੇ ਸ਼ਾਹੀ ਠਾੜ ਬਣਾਏ ਜਾ ਰਹੇ ਕੀ ਕਹਿਣਾ ਚਾਹੋ ਡੱਲੋ ਸਾਹਿਬ ਜਿਹੜੀ ਇਹ ਹਰਕਤ ਕੀਤੀ ਗਈ ਹੈ ਕਾਫੀ ਲੰਬੇ ਟਾਈਮ ਤੋਂ ਇੱਥੇ ਪੱਤਰਕਾਰ ਤੁਸੀਂ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਦੇਖੋ ਮੈਂ ਸਮਝਦਾ ਹਾਂ ਪ੍ਰੈਸ ਦੀ ਆਜ਼ਾਦੀ ਤੇ ਬਹੁਤ ਵੱਡਾ ਹਮਲਾ ਹੈ ਕਿਉਂਕਿ ਕਿਸੇ ਮੁਲਾਜ਼ਮ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਇਹ ਡਿਪਟੀ ਕਮਿਸ਼ਨਰ ਪਬਲਿਕ ਪ੍ਰੋਪਰਟੀ ਹੈ ਓਪਨ ਹੈ ਡਿਪਟੀ ਕਮਿਸ਼ਨਰ ਦਾ ਦਫਤਰ ਵਰਕ ਨਹੀਂ ਕਰ ਰਿਹਾ ਉੱਥੇ ਰੈਨੋਵੇਸ਼ਨ ਚੱਲ ਰਹੀ ਹੈ ਮੀਡੀਆ ਦਾ ਇਹ ਕੰਮ ਹੈ ਉਹਨੇ ਲੋਕਾਂ ਨੂੰ ਦੱਸਣਾ ਕਿ ਕੀ ਕੁਛ ਹੈ ਇੱਥੇ ਕੀ ਕੁਛ ਹੁੰਦਾ ਜੇ ਇਹਦੇ ਨਾਲ ਬਦਤਮੀਜ਼ੀ ਹੁੰਦੀ ਹੈ ਸਾਡੇ ਇੱਕ ਸੀਨੀਅਰ ਪੱਤਰਕਾਰ ਸਾਥੀ ਦੇ ਨਾਲ ਉਸ ਤੋਂ ਬਾਅਦ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਬਠਿੰਡਾ ਪ੍ਰੈਸ ਕਲੱਬ ਦੀ ਅਗਵਾਈ ਦੇ ਵਿੱਚ ਜਾਂਦੇ ਹਾਂ ਡਿਪਟੀ ਕਮਿਸ਼ਨਰ ਸਾਹਿਬ ਕੋਲ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਸੇ ਬੇਨਤੀ ਕਰਦੇ ਆਂ ਜਾ ਕੇ ਕਿ ਤੁਹਾਡੇ ਮੁਲਾਜ਼ਮ ਨੇ ਬਦਤਮੀਜ਼ੀ ਕੀਤੀ ਹੈ ਤੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਆ ਵਿਦਆਊਟ ਪਰਮਿਸ਼ਨ ਤੁਸੀਂ ਇੱਥੇ ਆ ਕੇ ਫੋਟੋਗ੍ਰਾਫੀ ਨਹੀਂ ਕਰ ਸਕ ਮੈਨੂੰ ਸਮਝ ਨਹੀਂ ਆਉਂਦਾ ਕਿ ਡਿਪਟੀ ਕਮਿਸ਼ਨਰ ਸਾਹਿਬ ਜਿਸ ਕਨਸਟੀਟਿਊਸ਼ਨ ਦੇ ਤਹਿਤ ਇੱਥੇ ਆ ਕੇ ਨੌਕਰੀ ਕਰ ਰਹੇ ਐ ਉਸ ਕਨਸਟੀਟਿਊਸ਼ਨ ਨੇ ਭਾਰਤ ਦੀ ਪ੍ਰੈਸ ਨੂੰ ਆਜ਼ਾਦੀ ਦਿੱਤੀ ਵੀ ਐ ਔਰ ਉਹੀ ਕਨਸਟੀਟਿਊਸ਼ਨ ਸਭ ਨੂੰ ਬਰਾਬਰ ਦੇ ਹੱਕ ਦਿੰਦਾ ਐ ਇੱਕ ਖਾਲੀ ਕਮਰੇ ਦੇ ਉੱਤੇ ਜੇ ਐਨਿੰਗਾਂ ਬੰਦਸ਼ਾਂ ਲਾਈਆਂ ਜਾਂਦੀਆਂ ਕਿ ਉੱਥੇ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕਦੀ ਉਹ ਬਹੁਤ ਹੀ ਇਤਰਾਜ਼ਯੋਗ ਐ ਅਗਲੀ ਗੱਲ ਅਸੀਂ ਆਜ਼ਾਦ ਭਾਰਤ ਵਿੱਚ ਰਹਿੰਦੇ ਆਂ ਡੈਮੋਕਰੇਟਿਕ ਭਾਰਤ ਵਿੱਚ ਰਹਿੰਦੇ ਆਂ ਅਸੀਂ ਕਿਸੇ ਨਾ ਤਾਂ ਇਸਰਾਈਲ ਚ ਰਹਿ ਨਹੀਂ ਤੇ ਨਾ ਅਸੀਂ ਪਾਕਿਸਤਾਨ ਚ ਰਹਿਨੇ ਆ ਜੇ ਅਸੀਂ ਹਰ ਗੱਲ ਦੇ ਉੱਤੇ ਡਿਪਟੀ ਕਮਿਸ਼ਨਰ ਤੋਂ ਜਾਂ ਫਿਰ ਕਾਨੂੰ ਆ ਜਾਣਾ ਕਿ ਫਲਾਣੇ ਜੇ ਕਿਸੇ ਦੀ ਕਿਤੇ ਕੋਈ ਹੀਰਾ ਫੇਰੀ ਹੁੰਦੀ ਹੈ ਸਾਰਾ ਕੁਝ ਕੰਸਟਰਕਸ਼ਨ ਦਾ ਕੰਮ ਹੁੰਦਾ ਉਹਨੂੰ ਜਾ ਕੇ ਅਸੀਂ ਘਟੀਆਂ ਮਟੀਰੀਅਲ ਨੂੰ ਲੈ ਕੇ ਆਵਾਂਗੇ ਪਰਮਿਸ਼ਨ ਲਓ ਪਹਿਲਾਂ ਅਸੀਂ ਚੋਰਾਂ ਤੋਂ ਪਰਮਿਸ਼ਨ ਲਵਾਂਗੇ ਤੇ ਫਿਰ ਮੀਡੀਆ ਆਪ ਦੀ ਡਿਊਟੀ ਨਿਭਾਊਗਾ ਕਿਵੇਂ ਮੀਡੀਆ ਦੇ ਉੱਤੇ ਬਹੁਤ ਵੱਡੀ ਇਹ ਇੱਕ ਅਟੈਕ ਹੈ ਔਰ ਇਹਦੇ ਤੇ ਸਾਰਾ ਪ੍ਰੈਸ ਕਲੱਬ ਇੱਕ ਮੁੱਠਾ ਪ੍ਰੈਸ ਕਲੱਬ ਨੇ ਹੁਣੇ ਫੈਸਲਾ ਕੀਤਾ ਐਮਰਜੈਂਸੀ ਮੀਟਿੰਗ ਬੁਲਾ ਕੇ ਕਿ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦੇ ਰਵੱਈਏ ਦੇ ਖਿਲਾਫ ਪੰਜਾਬ ਦੇ ਚੀਫ ਸੈਕਟਰੀ ਨੂੰ ਤੁਰੰਤ ਜਿਹੜੀ ਹੈਗੀ ਐ ਇਨਫੋਰਮ ਕੀਤਾ ਜਾਵੇ ਅਸੀਂ ਅਲਟੀਮੇਟਮ ਦੇਵਾਂਗੇ ਚੀਫ ਸੈਕਟਰੀ ਨੂੰ ਜਿੰਨੇ ਸਾਡੇ ਸਾਥੀ ਕਰਨਗੇ ਕਿੰਨੇ ਦਿਨਾਂ ਦਾ ਦੇਣੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਅਜਿਹੀ ਐਜੀਟੇਸ਼ਨ ਚਲਾਵਾਂਗੇ ਕਿ ਇਹ ਅਹਿਸਾਸ ਲੱਜੂ ਕਿ ਬਠਿੰਡੇ ਦੀ ਪ੍ਰੈਸ ਤੇ ਪੰਜਾਬ ਦੀ ਪ੍ਰੈਸ ਕਿੱਡੀ ਜਿਹੜੀ ਹੈਗੀ ਐ ਰਿਸਪੌਂਸੀਬਲ ਐ ਕਿੱਡੀ ਰਿਸਪੌਂਸੀਬਲ ਐ ਔਰ ਜਿਹੜੇ ਮੁਲਾਜ਼ਮ ਨੇ ਕਾਰਵਾਈ ਕੀਤੀ ਐ ਸਾਨੂੰ ਕੋਈ ਇਸ ਗਿਲ ਦਾ ਛੋਟਾ ਮੁਲਾਜ਼ਮ ਜਿਹੜਾ ਡਿਪਟੀ ਕਮਿਸ਼ਨਰ ਕਹਿ ਕੇ ਕਹਿੰਦਾ ਛੱਡੋ ਕੋਈ ਗੱਲ ਨਹੀਂ ਛੋਟਾ ਭਰਾ ਅਸੀਂ ਪਰ ਡਿਪਟੀ ਕਮਿਸ਼ਨਰ ਦਾ ਜਿਹੜਾ ਨਜ਼ਰੀਆ ਸੀ ਉਹ ਤਾਂ ਇਸ ਤਰ੍ਹਾਂ ਸੀ ਕਿ ਉਹ ਡਿਪਟੀ ਕਮਿਸ਼ਨਰ ਨਾ ਹੋ ਕੇ ਪਬਲਿਕ ਸਰਵੈਂਟ ਨਾ ਹੋ ਕੇ ਜਿਵੇਂ ਕੋਈ ਹਿਟਲਰ ਹੋਵੇ ਤਾਨਾਸ਼ਾ ਹੋਵੇ ਤਾਨਾਸ਼ਈ ਪ੍ਰੈਸ ਨਹੀਂ ਬਰਦਾਸ਼ਤ ਕਰੂਗੀ ਹੋਰ ਜੋ ਮਰਜ਼ੀ ਬਰਦਾਸ਼ਤ ਕਰ ਰੋ ਬਿਲਕੁਲ ਰਕੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਜਿਹੜੀ ਹਰਕਤ ਹੋਈ ਹੈ ਕਿੰਦਾ ਦੀ ਚੇਤਾਵਨੀ ਕੀ ਦੇਣਾ ਚਾਹੋਗੇ ਦੇਖੋ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈਗਾ ਜਿਵੇਂ ਸਾਡੇ ਸਾਥੀਆਂ ਨੇ ਵੀ ਦੱਸਿਆ ਹੈਗਾ ਬਠਿੰਡਾ ਪ੍ਰੈਸ ਕਲੱਬ ਜਿਹੜੀ ਹੈਗੀ ਸਖਤ ਇਹਦੀ ਨਿੰਦਾ ਕਰਦਾ ਹੈ ਜਿਸ ਤਰ੍ਹਾਂ ਸਾਡੇ ਸੀਨੀਅਰ ਇਹ ਬਠਿੰਡਾ ਪ੍ਰੈਸ ਕਲੱਬ ਦੇ ਮੈਂਬਰ ਵੀ ਨੇ ਤੇ ਸੀਨੀਅਰ ਰਿਪੋਰਟਰ ਵੀ ਨੇ ਬਿਊਰੋ ਚੀਫ ਨੇ ਦੇਣੀ ਜਾਗਰਨ ਦੇ ਗੁਰਪ੍ਰੀਤ ਲਹਿਰੀ ਜੀ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਹੈਗਾ ਵੀ ਜਿਸ ਤਰ੍ਹਾਂ ਉਹ ਕਵਰੇਜ ਕਰਦੇ ਹੈਗੇ ਤਾਂ ਕਿਸ ਤਰ੍ਹਾਂ ਉਹ ਇਹ ਹਰ ਖੇਤਰ ਦੇ ਵਿੱਚ ਜਾਂਦੇ ਨੇ ਤਾਂ ਇੱਥੇ ਵੀ ਅੱਜ ਜਦੋਂ ਆਏ ਹੈਗੇ ਤਾਂ ਉਹ ਜਿਹੜਾ ਕੰਮ ਚੱਲ ਰਿਹਾ ਸੀ ਉਹਨਾਂ ਦਾ ਫਰਜ ਸੀ ਜੋ ਜਿਸ ਤਰ੍ਹਾਂ ਤਨਖਾਹ ਨਹੀਂ ਮਿਲ ਰਹੀਆਂ ਸਰਕਾਰ ਨਹੀਂ ਉਹ ਕਰ ਰਹੀ ਹੈਗੇ EMPLOYEES ਨੂੰ ਪੈਸਾ ਨਹੀਂ ਮਿਲ ਰਿਹਾ ਹੈਗਾ ਇਹ ਦੇਖ ਰਹੇ ਸੀ ਨਾ ਕਿ ਇਹ ਇਹ ਵੀ ਹੋ ਸਕਦਾ ਹੈ ਕੋਈ ਪੋਜ਼ਿਟਿਵ ਸਟੋਰੀ ਕਰਨ ਆਏ ਹੋ ਆਏ ਹੁਣ ਕੋਈ ਜ਼ਰੂਰੀ ਨਹੀਂ ਹੈ ਨੈਗੇਟਿਵ ਹੁਣ ਪਰ ਇੱਥੇ ਦੇ ਮੁਲਾਜ਼ਮਾਂ ਨੇ ਉਹਨਾਂ ਦਾ ਫੋਨ ਵੀ ਖੋਇਆ ਹੈਗਾ ਤੇ ਉਹਨਾਂ ਨੇ ਬਤਮੀਜੀ ਵੀ ਕੀਤੀ ਹੈਗੀ ਤੇ ਅਸੀਂ ਸਖਤ ਨਿੰਦਾ ਵੀ ਕਰਦੇ ਹੈਗੇ ਤੇ ਜੋ ਵੀ ਸਾਡੇ ਬਟਿੰਡਾ ਪ੍ਰੈਸ ਕਲੱਬ ਦੇ ਜੋ ਵੀ ਮੈਂਬਰ ਨੇ ਜੋ ਵੀ ਇਹ ਕਹਿਣਗੇ ਉਹਨਾਂ ਨਾਲ ਅਸੀਂ ਖੜੇ ਹੈਗੇ ਡੀਸੀ ਨੇ ਜਵਾਬ ਦਿੱਤਾ ਤੁਸੀਂ ਸਮਝਦੇ ਹੋ ਕਿ ਗਲਤ ਹੈ ਨਹੀਂ ਬਿਲਕੁਲ ਬਿਲਕੁਲ ਇਹ ਹੋਣਾ ਨਹੀਂ ਚਾਹੀਦਾ ਸੀ ਜਿਵੇਂ ਉਹਨਾਂ ਨੇ ਕਿਹਾ ਹੈਗਾ ਕਿ ਹਰ ਥਾਂ ਤੇ ਪਰਮਿਸ਼ਨ ਲਈ ਜਾਵੇ ਤਾਂ ਜੇ ਜੇਕਰ ਇਸ ਤਰ੍ਹਾਂ ਹੀ ਪਰਮਿਸ਼ਨ ਲੈਂਦੇ ਰਹੀ ਤਾਂ ਰਿਪੋਰਟਿੰਗ ਕਿਵੇਂ ਹੋਵੇਗੀ ਜਨਤਾ ਦੀ ਆਵਾਜ਼ ਜਿਹੜੀ ਹੈਗੀ ਹੈ ਜਾਂ ਸਮਾਜ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਉਹ ਹਰ ਤਰ੍ਹਾਂ ਦੀ ਜੇ ਪਰਮਿਸ਼ਨ ਲੈ ਕੇ ਜਾਵਾਂਗੇ ਤਾਂ ਇਹ ਇਹ ਅਸੀਂ ਉਠਾਈ ਨਹੀਂ ਸਕਦੇ ਹੈਗੇ ਤੇ ਜਨਤਾ ਦੀ ਜਿਹੜੀ ਆਵਾਜ਼ ਦਬਕੇ ਰਹਿ ਜੂਗੀ ਇਸ ਕਰਕੇ ਅਸੀਂ ਇਹ ਕੰਨੇ ਹੈਗੇ ਅਸੀਂ ਜਦੋਂ ਉੱਥੇ ਮਿਲਣ ਗਏ ਹੈਗੇ ਆ ਡਿਪਟੀ ਕਮਿਸ਼ਨ ਨੂੰ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਜਿਹੜੇ ਮੁਲਾਜ਼ਮ ਨੇ ਜਿਹੜੀ ਗਲਤੀ ਕੀਤੀ ਹੈ ਸਾਡੇ ਪੱਤਰਕਾਰ ਸਾਥੀ ਨਾਲ ਦੁਰਵਿਵਹਾਰ ਕੀਤਾ ਹੈਗਾ ਤਾਂ ਉਹ ਤੋਂ ਮਾਫੀ ਮੰਗਵਾਨੀ ਚਾਹੀਦੀ ਸੀ ਤਾਂ ਪਰ ਜਿਹੜਾ ਹੈਗਾ ਡੀਸੀ ਨੇ ਦੂਸਰੇ ਇਸ ਤਰਫ ਜਿਹੜਾ ਹੈਗਾ ਇੱਕ ਫੈਸਲਾ ਕੀਤਾ ਹੈਗਾ ਵੀ ਤੁਸੀਂ ਬਿਨਾਂ ਪਰਮਿਸ਼ਨ ਤੇ ਕਿਉਂ ਗਏ ਤਾਂ ਅਸੀਂ ਸਖਤ ਨਿੰਦਾ ਕਰਦੇ ਹਾਂ ਇਸ ਗੱਲ ਦੀ ਜੇ ਬਿਲਕੁਲ ਇਹ ਜਿਹੜੀ ਕਾਫੀ ਨਿੰਦ ਨਹੀਂ ਹੋ ਰਹੀ ਹੈ ਜਿਹੜੀ ਕਟਨਾ ਹੋਈ ਹੈ ਇੱਕ ਸੀਨੀਅਰ ਪੱਤਰਕਾਰ ਦੀ ਬੇਇੱਜ਼ਤੀ ਕੀਤੀ ਇੱਕ ਵਾਰੀ ਮੈਂ ਫੇਰ ਤੁਹਾਨੂੰ ਦੱਸ ਦਿੰਦਾ ਕਿ ਮੇਰੇ ਪਿੱਛੇ ਜਿਹੜਾ ਡੀਸੀ ਦਾ ਦਫ਼ਤਰ ਹੈ ਜਿਹੜਾ ਪਹਿਲਾਂ ਕੁਝ ਵਕਤ ਪਹਿਲਾਂ ਹੀ ਰੈਨੋਵੇਟ ਕੀਤਾ ਸੀ ਜਦੋਂ ਇਹਦੀ ਕਵਰੇਜ ਕਰਨ ਵਾਸਤੇ ਫੇਰ ਇੱਥੇ ਰਿਪੋਰਟਰ ਪਹੁੰਚਿਆ ਕਿ ਆਖਰਕਾਰ ਸਰਕਾਰ ਕਹਿ ਰਹੀ ਹੈ ਸਾਡੇ ਕੋਲ ਪੈਸਾ ਹੈ ਨਹੀਂ ਜਿਹੜੇ EMPLOYEES ਆ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤਾਂ ਜਦੋਂ ਇਹ ਉਜਾਗਰ ਕਰਨਾ ਚਾਹਿਆ ਪੱਤਰਕਾਰ ਨੇ ਤਾਂ ਇੱਥੋਂ ਰੋਕਿਆ ਗਿਆ ਉਸ ਤੋਂ ਬਾਅਦ ਡੀਸੀ ਦਾ ਜਿਹੜਾ ਜਵਾਬ ਸੀ ਉਹ ਵੀ ਬੜਾ ਗਲਤ ਜਵਾਬ ਸੀਗਾ ਕਿ ਪਰਮਿਸ਼ਨ ਲੈ ਕੇ ਆਓ ਡੀ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਖੁਦ ਬੁਲਾਉਂਦੇ ਹੋ ਤਾਂ ਪਰਮਿਸ਼ਨ ਨਹੀਂ ਹੁੰਦੀ ਜਾਂ ਇਸ ਤੋਂ ਪਹਿਲਾਂ ਜਿਹੜੇ ਪੱਤਰਕਾਰ ਕੰਮ ਕਰਦੇ ਆ ਪਰਮਿਸ਼ਨ ਲੈ ਕੇ ਕਦੇ ਨਹੀਂ ਆਉਂਦੇ ਸਰਕਾਰੀ ਦਫ਼ਤਰ 'ਚ ਪਬਲਿਕ ਪਲੇਸ ਹੈਗੀ ਪਬਲਿਕ ਇੱਥੇ ਪਹੁੰਚਦੀ ਹੈ ਤੇ ਸਾਡਾ ਫਰਜ਼ ਹੈ ਮੀਡੀਆ ਦਾ ਫਰਜ਼ ਹੈ ਕਿ ਲੋਕਾਂ ਦੇ ਅੱਗੇ ਲੈ ਕੇ ਆਣਾ ਕਿ ਸਰਕਾਰ ਤਨਖਾਹ ਨਹੀਂ ਦੇ ਰਹੀ ਪਰ ਜਿਹੜੇ ਸਰਕਾਰ ਦੇ ਅਫਸਰ ਲਾਏ ਹੋਏ ਆ ਉਹ ਕਿਸ ਤਰੀਕੇ ਨਾਲ ਆਪਣੇ ਆਲੀਸ਼ਾਨ ਦਫਤਰ ਬਣਾ ਰਹੇ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜੀ ਅਫਸਰਾਂ ਦੇ ਉੱਤੇ ਵੀ ਲਗਾਮ ਲਾਏ ਤਾਂ ਕਿ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਹਮਲਾ ਨਾ ਹੋ ਸਕੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮੇਸ਼ ਸ਼ਰਮਾ ਡੇਲੀ ਪੋਸਟ ਪੰਜਾਬੀ ਬਠਿੰਡਾ ਸੱਛੇ ਕਲ ਸਾਰਿਆਂ ਨੂੰ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਪਣੇ ਮਨਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਟੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਉਗੇ ਬਲਕਿ 3 ਤੋਂ 5000 ਡਾਲਰ ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਉਗੇ